ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਿਊ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਿਊ ਸਟੱਡੀ ਫੋਰ ਜੋਬ। ਅੱਜ ਤੁਹਾਡੇ ਲਈ ਇੱਕ ਹੋਰ ਗੁੱਡ ਨਿਊਜ਼ ਹੈ, ਜੋ ਕਿ ਵਲੰਟੀਅਰ ਦੀ ਪੋਸਟ ਆਈ ਹੈ। ਨਹਿਰੂ ਯੁਵਾ ਕੇਂਦਰ ਦੇ ਵਿੱਚ ਜਿਹੜੀ ਪੋਸਟ ਹੈ ਤੁਸੀਂ ਦੇਖ ਸਕਦੇ ਹੋ, NYKS। ਠੀਕ ਹੈ, ਤੁਹਾਨੂੰ ਸਿੱਧਾ ਹੀ ਅਸੀਂ ਅਫੀਸ਼ੀਅਲ ਵੈਬਸਾਈਟ ਜੋ ਕਿ ਜੋਬ ਫ੍ਰੀ ਜੋਬ ਅਲਰਟ ਦੀ ਹੈਗੀ ਆ, ਉਸ 'ਤੇ ਲੈ ਕੇ ਦੇਖ ਸਕਦੇ ਹੋ। ਤੁਸੀਂ 12,000 ਵਲੰਟੀਅਰ ਪੋਸਟਾਂ ਜਿਹੜੀਆਂ ਨਿਕਲ ਚੁੱਕੀਆਂ ਨੇ, ਦੇਖ ਸਕਦੇ ਹੋ। ਲਾਸਟ ਡੇਟ 3/3/2019 ਹੈ, ਤਾਂ ਇਸ ਦੇ ਵਿੱਚ ਕੁਝ ਵੀ ਫੀਸ ਨਹੀਂ ਤੱਤ ਉੱਤੇ, ਸਿਰਫ ਇੱਕ ਫੋਰਮ ਹੀ ਫਿਲ ਕਰਨਾ। ਕਿਸ ਤਰ੍ਹਾਂ ਫੋਰਮ ਫਿਲ ਕਰਨਾ ਉਸਨੂੰ ਪੂਰਾ ਦੇਖਣ ਲਈ ਸਾਡੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੇਖ ਸਕਦੇ ਹੋ ਤੁਸੀਂ ਕੀ ਜੋਬ ਲੋਕੇਸ਼ਨ ਹੈ ਸਾਰਾ ਕੁਝ, ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਟੋਟਲ ਵੈਕੈਂਸੀ ਕਿੰਨੀ ਹੈ। 1200 ਵੈਕੈਂਸੀ ਹੈ, 2019 ਦੇ ਵਿੱਚ ਇਹ ਨਿਕਲ ਚੁੱਕੀ ਹੈ। ਤਾਂ ਡੇਟ ਆਫ ਦੇਖ ਸਕਦੇ ਹੋ ਐਡਵੈਸਟਮੈਂਟ ਦੀ ਜਿਹੜੀ ਹੈ, 16/2/2019 ਨੂੰ ਡੇਟ ਜਿਹੜੀ ਐਡਵੈਸਟਮੈਂਟ ਇਹ ਆ ਚੁੱਕੀ ਹੈ। ਔਨਲਾਈਨ ਅਪਲਾਈ ਹੋਏਗੀ 3/3/2019 ਤੱਕ ਹੋਏਗੀ। ਠੀਕ ਹੈ, ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਕੀ ਹੈ। ਤਾਂ 18/3/2019 ਨੂੰ ਜਿਹੜਾ ਨਿਊਲੀ ਡਿਪਲੋਇਡ ਵਲੰਟੀਅਰ ਐਂਡ ਔਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੋਏਗੀ, ਠੀਕ ਹੈ, ਜੁਆਇਨਿੰਗ ਹੋਏਗੀ। ਤਾਂ ਉਸ ਤੋਂ ਦੇਖ ਸਕਦੇ ਤੁਸੀਂ ਔਰਗੇਨਾਈਜ਼ 15 ਡੇਜ਼ ਇੰਡਕਸ਼ਨ ਟ੍ਰੇਨਿੰਗ ਟੂ ਦਾ ਨਿਊਲੀ ਡਿਪਲੋਇਡ ਜਿਹੜੇ ਨਿਊ ਵਲੰਟੀਅਰਸ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ 15 ਦਿਨਾਂ ਦੀ, 1 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ ਤੱਕ। ਠੀਕ ਹੈ, ਤਾਂ ਇਸ ਦੇ ਵਿੱਚ ਅੱਗੇ ਦੇਖ ਸਕਦੇ, ਏਜ਼ ਦੇਖ ਸਕਦੇ ਤੁਸੀਂ 18 ਈਅਰ ਏਜ਼ ਹੋਏਗੀ, ਮੈਕਸੀਮਮ 29 ਈਅਰ ਹੋਏਗੀ। ਠੀਕ ਹੈ, ਤਾਂ ਕੁਆਲੀਫਿਕੇਸ਼ਨ ਬਹੁਤ ਹੀ ਘੱਟ, ਸਿਰਫ ਜੇਕਰ ਤੁਸੀਂ 10ਵੀਂ ਜਾਂ 8ਵੀਂ ਕਲਾਸ ਪਾਸ ਹੋ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਠੀਕ ਹੈ, ਤਾਂ ਦੇਖ ਸਕਦੇ ਹੋ ਵਲੰਟੀਅਰ ਦੀ ਪੋਸਟ ਆ, ਟੋਟਲ ਵੈਕੈਂਸੀ ਬਹੁਤ ਵੱਡੀ ਹੈ, 12,000 ਵੈਕੈਂਸੀ ਹੈ। ਕਿਸ ਤਰ੍ਹਾਂ ਅਪਲਾਈ ਕਰਨੀ ਹੈ ਮੈਂ ਤੁਹਾਨੂੰ ਹੁਣੀ ਜਿਹੜਾ ਔਨਲਾਈਨ ਅਪਲਾਈ ਲਿੰਕ 'ਤੇ ਲੈ ਕੇ ਜਾ ਰਿਹਾ। ਦੇਖੋ, ਇੱਕ ਸਿਰਫ ਫੋਰਮ ਹੀ ਫਿਲ ਕਰਨਾ ਤੁਸੀਂ, ਕੋਈ ਫੀਸ ਨਹੀਂ ਇਸ ਦੇ ਵਿੱਚ ਦੇਣੀ। ਹਾਂਜੀ, ਲੋਡਿੰਗ ਹੋ ਰਿਹਾ ਥੋੜ੍ਹਾ ਜਿਹਾ। ਦੇਖੋ, ਇਸ ਤਰ੍ਹਾਂ ਤੁਹਾਡੇ ਕੋਲ ਇੱਕ ਕਾਲਮ ਖੁੱਲ੍ਹੇਗਾ, ਤੁਸੀਂ ਇੱਥੇ ਸਿਰਫ ਆਪਣੀ ਸਟੇਟ ਸਿਲੈਕਟ ਕਰਨੀ ਹੈ ਇਸ ਤਰ੍ਹਾਂ। ਠੀਕ ਹੈ, ਸਟੇਟ ਸਿਲੈਕਟ ਕਰਨੀ ਹੈ, ਉਸ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਸਿਲੈਕਟ ਕਰਨਾ, ਉਸ ਤੋਂ ਬਾਅਦ ਸਬਮਿਟ 'ਤੇ ਓਕੇ ਕਰ ਦੇਣਾ। ਮੈਂ ਕਰਕੇ ਦਿਖਾ ਦਾਂ ਇੱਕ ਵਾਰ ਤੁਹਾਨੂੰ। ਦੇਖ ਸਕਦੇ ਤੁਸੀਂ ਤੁਹਾਡਾ ਜਿਹੜਾ ਸਟੇਟ, ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਪੰਜਾਬ ਸਿਲੈਕਟ ਕਰ ਸਕਦੇ ਹੋ। ਠੀਕ ਹੈ ਜੀ, ਪੰਜਾਬ ਸਿਲੈਕਟ ਕਰ ਦਿਓ। ਉਸ ਤੋਂ ਜੇਕਰ ਤੁਸੀਂ ਆਲ ਡਿਸਟ੍ਰਿਕਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਲ ਕਰ ਸਕਦੇ ਹੋ, ਜੇਕਰ ਤੁਸੀਂ ਕਿਸੇ ਆਪਣੇ ਡਿਸਟ੍ਰਿਕਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਪੈਸ਼ਲ ਤੁਸੀਂ ਦੇਖ ਸਕਦੇ ਹੋ। ਸਾਰੇ ਹੀ ਜਿਹੜੇ ਤੁਹਾਨੂੰ ਡਿਸਟ੍ਰਿਕਟ ਮਿਲ ਜਾਣਗੇ, ਤੁਸੀਂ ਉਸ ਡਿਸਟ੍ਰਿਕਟ ਦੇ ਮੁਤਾਬਕ, ਜਿਵੇਂ ਮੈਂ ਇਸ ਡਿਸਟ੍ਰਿਕਟ ਦੇ ਵਿੱਚ ਕਰ ਰਿਹਾ ਲੁਧਿਆਣਾ ਦੇ ਵਿੱਚ, ਠੀਕ ਹੈ, ਤਾਂ ਇੱਥੇ ਸ਼ੋ ਹੈ। ਉਸ ਤੋਂ ਸਬਮਿਟ 'ਤੇ ਜੋ ਕਲਿੱਕ ਕਰੋਗੇ ਤਾਂ ਨੈਕਸਟ ਇੱਕ ਫੋਰਮ ਖੁੱਲੇਗਾ, ਸਿੰਪਲ ਫੋਰਮ ਹੋਏਗਾ, ਉਸ ਨੂੰ ਤੁਸੀਂ ਭਰਨਾ ਹੋਏਗਾ। ਦੇਖੋ, ਸਭ ਤੋਂ ਪਹਿਲਾਂ ਤੁਹਾਡਾ ਇੱਕ ਨਾਮ ਹੋਏਗਾ, ਆਪਣਾ ਖੁਦ ਦਾ ਨਾਮ, ਉਸ ਦਾ ਫਾਦਰ ਨੇਮ ਹੋਏਗਾ, ਜੋ ਖੁਦ ਦਾ ਨਾਮ ਹੋਗਾ ਉਸ 'ਤੇ ਮਿਸਟਰ, ਮਿਸਿਜ, ਡਾਕਟਰ, ਇਸ ਤਰ੍ਹਾਂ ਕੁਝ ਵੀ ਤੁਸੀਂ ਵਿੱਚ ਨਹੀਂ ਵਰਤਣਾ, ਤਾਂ ਉਹ ਅਲਾਊਡ ਨਹੀਂ ਹੋਏਗਾ। ਤਾਂ ਉਸ ਤੋਂ ਫਾਦਰ ਨੇਮ ਹੋਏਗਾ, ਮਦਰ ਨਾਮ ਹੋਏਗਾ, ਤੁਹਾਡਾ ਸੈਕਸ, ਮੇਲ, ਫੀਮੇਲ, ਜੋ ਵੀ ਹੈ, ਡੇਟ ਆਫ ਬਰਥ, ਠੀਕ ਹੈ, ਉਸ ਤੋਂ ਪਲੇਸ ਆਫ ਬਰਥ ਦੀ ਹੋਏਗੀ, ਕੈਟਾਗਰੀ ਜਨਰਲ ਓ ਬੀ ਸੀ ਜੋ ਵੀ ਹੈ, ਬਲੱਡ ਗਰੁੱਪ ਇਸ ਦੇ ਵਿੱਚ ਸ਼ਾਮਿਲ ਕਰਨਾ ਹੋਏਗਾ। ਬਹੁਤ ਹੀ ਸਿੰਪਲ ਫਾਰਮ ਹੈ, ਤੁਸੀਂ ਦੇਖ ਸਕਦੇ ਹੋ। ਵੋਟਰ ਆਈ ਡੀ ਕਾਰਡ ਹੋਏਗਾ, ਆਧਾਰ ਕਾਰਡ ਤੁਹਾਡਾ, ਉਸ ਤੋਂ ਹਾਈਐਸਟ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ ਕਿੰਨੀ ਹੈ, ਤਾਂ ਉਸ ਤੋਂ ਰੋਲ ਨੰਬਰ ਜਿਹੜਾ 10th ਕਲਾਸ ਦਾ ਤੁਹਾਡੇ ਤੋਂ ਪੁੱਛੇਗੇ, ਇਹ ਪਾਸਿੰਗ ਈਅਰ ਹੋਏਗੇ, ਬੋਰਡ ਯੂਨੀਵਰਸਿਟੀ ਤੁਹਾਡੀ ਕੀ ਹੈ, ਕੁਆਲੀਫਿਕੇਸ਼ਨ ਕੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਤੁਸੀਂ ਕਰੰਟ ਸਟੇਟ ਵਲੰਟੀਅਰ, ਠੀਕ ਹੈ, ਤਾਂ ਤੁਸੀਂ ਉਹ ਇਸ ਦੇ ਵਿੱਚ ਸਟੂਡੈਂਟ ਜਾਂ ਇਸ ਦੇ ਵਿੱਚ ਕੀ ਹੈ ਅੱਗੇ ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ, ਹੋਰ ਕੀ ਮੰਗ ਸਕਦਾ। ਹਾਂ, ਠੀਕ ਹੈ, ਤੁਸੀਂ ਕਰ ਸਕਦੇ ਹੋ ਸਟੂਡੈਂਟ ਹੋ ਜਾਂ ਤੁਸੀਂ ਇੰਪਲਾਈ ਹੋ ਜਾਂ ਅਨਪਲਾਈਡ ਜਾਂ ਕੁਛ ਔਦਰ ਹੈ, ਤਾਂ ਤੁਸੀਂ ਇਸ ਦੇ ਵਿੱਚ ਫਿਲ ਕਰ ਸਕਦੇ ਹੋ ਕਰੰਟ ਤੁਸੀਂ ਕੀ ਕਰ ਰਹੇ ਹੋ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੈਕਸਟ ਵਰਕਿੰਗ ਨੌਲੇਜ ਆਫ ਦਾ ਕੰਪਿਊਟਰ ਐਂਡ ਇੰਟਰਨੈਟ। ਤੁਹਾਡੀ ਜੇਕਰ ਵਰਕਿੰਗ ਨੌਲੇਜ ਹੈ ਕੰਪਿਊਟਰ ਇੰਟਰਨੈਟ, ਤੁਸੀਂ ਜੈਸ ਕਰ ਸਕਦੇ ਹੋ, ਨਹੀਂ ਨੋ ਕਰ ਸਕਦੇ ਹੋ। ਇਸ ਤੋਂ ਲੈਂਗੁਏਜ ਨੌਲੇਜ ਜਿਹੜੀ ਤੁਹਾਡੀ ਕੀ ਹੈ, ਤੁਸੀਂ ਕਿਹੜੀ ਲੈਂਗੁਏਜ ਵਰਤਦੇ ਹੋ, ਹਿੰਦੀ, ਪੰਜਾਬੀ, ਜੋ ਵੀ ਹੈ, ਤੁਸੀਂ ਇਸ 'ਤੇ ਲਿਖ ਸਕਦੇ ਹੋ। ਠੀਕ ਹੈ, ਰਾਈਟ, ਰੀਡ, ਪੜ੍ਹਨਾ, ਸਪੀਕਿੰਗ, ਬੋਲਣਾ ਤੁਹਾਡੀ ਕਿਹੜੀ ਹੈ, ਤਾਂ ਅਲੱਗ ਅਲੱਗ ਇਸ ਦੇ ਦਿੱਤਾ ਗਿਆ ਕੈਟਾਗਰੀ ਵਾਈਜ਼। ਉਸ ਦਾ ਪਰਮਾਨੈਂਟ ਐਡਰੈਸ, ਤੁਹਾਡਾ ਪ੍ਰੈਜੈਂਟ ਐਡਰੈਸ, ਪਰਮਾਨੈਂਟ ਐਡਰੈਸ, ਸਾਰਾ ਕੁਛ ਤੁਸੀਂ ਇੱਥੇ ਫਿਲ ਕਰ ਦਿਓ। ਬੜਾ ਹੀ ਸਿੰਪਲ ਫਾਰਮ ਹੈ, ਤਾਂ ਇਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਕੁਛ ਹੋਰ, ਹੈਵ ਯੂ ਐਵਰ ਪਾਰਟੀਸਪੇਟਡ ਇਨ ਦਾ ਫੋਲੋਇੰਗ ਪ੍ਰੋਗਰਾਮਸ, ਕੀ ਤੁਸੀਂ ਨੀਚੇ ਹੋਰ ਪ੍ਰੋਗਰਾਮ ਦਿੱਤੇ ਗਏ ਉਹਨਾਂ ਨੂੰ ਫੋਲੋ ਕਰਦੇ ਹੋ, ਉਸ 'ਤੇ ਜੈਸ ਨੂੰ ਹੀ ਕਰਨਾ, ਜਾਂ ਤੁਸੀਂ ਕੀ ਪਹਿਲੇ NYKS ਦੇ ਜਿਹੜਾ ਕੋਈ ਰਹਿ ਚੁੱਕੇ ਹੋ ਉਸ ਦੇ ਵਿੱਚ ਜੈਸ ਕਰ ਸਕਦੇ ਹੋ, NCC ਤੁਹਾਡੇ ਕੋਲ ਕੋਈ ਜੁਆਇਨਿੰਗ ਹੈ ਤਾਂ ਜੈਸ ਕਰ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ NSS ਜਿਹੜਾ ਕੈਂਪ ਹੈ ਤੁਹਾਡੇ ਕੋਲ ਤਾਂ ਵੀ ਜੁਆਇਨ ਕਰ ਸਕਦੇ ਹੋ, ਕਾਲਜ ਦੇ ਵਿੱਚ, ਸਕੂਲ ਦੇ ਵਿੱਚ, ਤਾਂ ਤੁਸੀਂ ਜੈਸ ਨੋ 'ਤੇ ਜਿਹੜਾ ਕਰ ਸਕਦੇ ਹੋ। ਠੀਕ ਹੈ, ਔਦਰ ਵਲੰਟੀਅਰ ਔਰਗੇਨਾਈਜ ਦੇ ਵਿੱਚ ਤੁਸੀਂ ਕੰਮ ਕੀਤਾ ਤਾਂ ਵੀ ਜੈਸ ਨੋ ਕਰ ਸਕਦੇ ਹੋ। ਠੀਕ ਹੈ ਜੀ, ਆਸ ਆ ਕੇ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ। ਉਸ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਕੀ ਕਰਨਾ, ਨਾਮ ਐਡਰੈਸ ਦੇ ਕੇ ਜਿਹੜਾ ਇਸ ਫੋਰਮ ਨੂੰ ਫਿਲ ਕਰ ਦੇਣਾ। ਠੀਕ ਹੈ,
ਤਾਂ ਤੁਹਾਡੇ ਡਬਲ ਐਡਰੈਸ ਮੰਗਿਆ ਜਾਏਗਾ, ਤੁਸੀਂ ਇਸ ਦੋ ਐਡਰੈਸ ਫਿਲ ਕਰ ਦੇਣੇ, ਦੋ ਆਪਣੇ ਫੋਨ ਨੰਬਰ ਫਿਲ ਕਰਨੇ, ਉਸ ਤੋਂ ਬਾਅਦ ਤੁਸੀਂ ਜਿਹੜਾ ਸਬਮਿਟ 'ਤੇ ਕਲਿੱਕ ਕਰਨਾ। ਇਸ ਤਰ੍ਹਾਂ ਤੁਹਾਡਾ ਜਿਹੜਾ ਫੋਰਮ ਹੈ ਜਿਹੜਾ ਸਬਮਿਟ ਹੋਇਆ, ਔਨਲਾਈਨ ਰਜਿਸਟ੍ਰੇਸ਼ਨ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਨੈਕਸਟ ਕਾਰਵਾਈ ਇਹਨਾਂ ਦੀ ਵੈਬਸਾਈਟ 'ਤੇ ਹੀ ਮਿਲ ਜਾਵੇਗੀ, ਕਿਸ ਤਰ੍ਹਾਂ ਤੁਸੀਂ ਜੁਆਇਨਿੰਗ ਕਰਨੀ ਹੈ। ਠੀਕ ਹੈ, ਕੱਲ੍ਹ ਤੁਹਾਡੀ ਟ੍ਰੇਨਿੰਗ ਹੋਵੇਗੀ, ਬੜਾ ਹੀ ਸਿੰਪਲ ਹੈ ਜੀ, ਕੋਈ ਫੀਸ ਨਹੀਂ। ਸਭ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਤਾਂ ਕਿ ਜਿੰਨੇ ਵੀ ਕੋਈ ਗਰੀਬ ਹੈ, ਕੋਈ ਗਰੀਬ ਸਟੂਡੈਂਟ ਹੈ ਜੋ ਫੀਸ ਨਹੀਂ ਦੇ ਸਕਦਾ, ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਜੋਬ ਦੇ ਵਿੱਚ ਅਪਲਾਈ ਕਰਕੇ ਆਪਣਾ ਜਿਹੜਾ ਕੈਰੀਅਰ ਨੂੰ ਵਧੀਆ ਬਣਾ ਸਕਦਾ। ਥੈਂਕ ਯੂ ਸੋ ਮੱਚ ਜੀ, ਨੈਕਸਟ ਇਨਫੋਰਮੇਸ਼ਨ ਦੇ ਲਈ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜੀ, ਸਾਡੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਹਰ ਵਾਰ ਮਿਲਦੀ ਹੀ ਰਹੇ। ਥੈਂਕ ਯੂ ਸੋ ਮੱਚ ਜੀ, ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਵੀ ਕਰਿਓ ਜੀ। ਥੈਂਕ ਯੂ ਸੋ ਮੱਚ।